ਕਰਕੇ ਹੌਲੀ 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 ਅੱਗੇ ਕਰ ਤੁਹਾਡੀ ਰਿਐਕਟ ਨਾਈਸ ਗਾਈਸ ਮੈਂ ਜਾ ਰਿਹਾ ਸੀ ਉਹਨਾਂ ਮੈਨੂੰ ਹੱਥ ਦਿੱਤਾ ਅਤੇ ਉਹਨਾਂ ਜਾਣਾ ਸੀ ਕਿਸੇ ਦੁਕਾਨ 'ਤੇ ਜਾਣਾ ਸੀ ਅਤੇ ਉਹ ਮੈਨੂੰ ਕਹਿਣ ਲੱਗੇ ਅਤੇ ਮੈਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਈ ਅਤੇ ਅੰਗਰੇਜ਼ੀ ਬੋਲਦੇ ਸੀ ਉਹ ਦੁਕਾਨ ਵਾਲੇ ਨੇ ਮੈਨੂੰ ਕਿਹਾ ਵੀ ਇਹਨਾਂ ਨੂੰ ਫਲਾਣੀ ਜਗ੍ਹਾ ਲੈ ਜਾ ਅਤੇ ਮੈਂ ਕਿਹਾ ਚਲੋ ਬੈਠ ਜਾਓ ਮੈਂ ਲੈ ਜਾਂਦਾ ਵਾਂ ਬਾਅਦ 'ਚ ਲੜਕੀਆਂ ਆਈਆਂ ਉਹਨਾਂ ਮੈਨੂੰ ਦੱਸਿਆ ਵੀ ਅੰਕਲ ਕੋਈ ਸਮਝ ਲੱਗੀ ਇਹਨਾਂ ਦੀ ਭਾਸ਼ਾ ਸਮਝ ਲੱਗੀ ਮੈਂ ਕਿਹਾ ਨਹੀਂ ਜੀ ਉਹਨਾਂ ਮੈਨੂੰ ਕਿਹਾ ਵੀ ਸਿਮਲ ਹੋਸਪਿਟਲ ਦੇ ਨਾ ਬਾਹਰ ਪਿੰਡ ਕੋਟਾ ਦੀ ਦੁਕਾਨਾਂ ਹੈਗੀਆਂ ਉੱਥੇ ਲੈ ਜਾ ਅਤੇ ਮੈਂ ਕਿਹਾ ਵੀ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਬੈਠ ਜਾਓ ਕਹਿੰਦਾ ਨਹੀਂ ਤੂੰ ਬੈਠ ਜਾ ਮੈਂ ਰਿਕਸ਼ਾ ਚਲਾਉਣਾ ਵਾਂ